ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ, ਖਾਸ ਕਰਕੇ ਖੇਡਣ ਵਾਲਿਆਂ ਨੂੰ ਜਿਵੇਂ ਕ੍ਰਿਕਟ ਵਾਲੇ ਹੈ ਨਾ ਸਾਰੇ। ਤੇ ਆਪਾਂ ਅੱਜ ਗੱਲ ਕਰੀਏ ਕ੍ਰਿਕਟ ਦੇ ਸਮਾਨ ਦੀ, ਖਾਸ ਕਰ ਬੈਟਾਂ ਦੀ। ਅੱਜ ਸਾਰੇ ਪਲੇਅਰਾਂ ਨੂੰ ਇਹ ਹੁੰਦਾ ਸਾਨੂੰ ਵਧੀਆ ਬੈਟ ਮਿਲਣਾ ਤੇ ਵਧੀਆ ਸਪੋਰਟ ਦਾ ਸਾਰਾ ਸਮਾਨ ਮਿਲੇ। ਆਪਣੇ ਭਰਾ ਸੁਖਜਿੰਦਰ ਦੀ ਦੁਕਾਨ ਰਾਮਪੁਰੇ ਬਾਈ, ਤੁਹਾਨੂੰ ਸਾਰਾ ਸਮਾਨ ਵੀ ਦਿਖਾਉਣਾ, ਬਾਈ ਨਾਲ ਵੀ ਮਿਲਾਉਣੇ ਆਗੇ ਤੇ ਰੇਟ ਦਾ ਹੀ ਫਰਕ ਹੈ ਬਾਈ, ਤੇ ਚੀਜ਼ ਵੀ ਤੁਹਾਨੂੰ ਵਧੀਆ ਮਿਲੂਗੀ ਪੂਰੀ। ਇੱਕ ਵਾਰੀ ਆ ਕੇ ਦੇਖਿਓ, ਪਰਖ ਕੇ ਦੇਖਿਓ ਚੀਜ਼ ਨੂੰ, ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਬਾਕੀ ਚੀਜ਼ ਦਾ ਫਰਕ ਹੈਗਾ। ਬਾਕੀ ਆਪਾਂ ਭਰਾ ਨਾਲ ਮਿਲਾਉਣੇ ਆ। ਆਸ਼ੂ ਕੀ ਹਾਲ ਆ ਵੀਰੇ? ਠੀਕ ਹੈ ਵੀਰੇ, ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਦੱਸ ਦਿਓ ਬਾਈ ਬਾਈਆਂ ਨੂੰ ਸਾਰਾ ਕੁਛ ਵੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਦੁਕਾਨ ਨੂੰ? ਤੇ ਆਪਣੇ ਵੀਰੇ ਦੁਕਾਨ ਨੂੰ ਹੋ ਗਿਆ ਲਗਭਗ, ਮੰਨ ਲਓ ਵੀ 1.5 ਸਾਲ ਦੁਕਾਨ ਕਰੀ ਨਹੀਂ ਹੋ ਗਿਆ, ਵੈਸੇ ਕੰਮ ਕਰਦੇ ਮੈਨੂੰ ਹੋ ਗਿਆ ਨਾ 2.5 ਸਾਲ ਵਾਂਗੂ। ਠੀਕ ਹੈ ਜੀ। ਉਹ ਪਹਿਲਾਂ ਘਰੇ ਕਰਦੇ ਸੀ ਕੰਮ, ਆਪਾਂ ਤੁਹਾਨੂੰ ਪਤਾ ਹੀ ਹੈ। ਠੀਕ ਹੈ। ਉਹ ਦੁਕਾਨ ਕਰ ਲਈ ਸੀ ਆਪਾਂ। ਤੇ ਆਪਣੇ ਕੋਲੇ ਬਾਈ ਬੈਟ ਤਾਂ ਮਿਲਦੀ ਮਿਲਦੇ ਆ ਨਾਲ, ਹੋਰ ਕੀ ਚੀਜ਼ਾਂ ਮਿਲਦੀਆਂ ਵੀਰੇ? ਆਪਣੇ ਕੋਲੇ ਕ੍ਰਿਕਟ ਵਾਲੇ ਸਾਰੇ ਸ਼ੂ ਮਿਲਦੇ ਆ, ਸੀਗਾ ਦੇ ਲੈ ਲਓ, ਬ੍ਰਾਂਡਡ ਲੈ ਲਓ, ਪਿਊਮਾ ਦੇ ਲੈ ਲਓ, ਐਡੀਡਾਸ ਦੇ ਲੈ ਲਓ, ਐਨਬੀ ਦੇ ਲੈ ਲਓ, ਤੇ ਜਰਸੀਆਂ ਬਣਵਾ ਲਈਆਂ, ਜਿਹਨੇ ਜਰਸੀਆਂ ਬਣਵਾਉਣ ਵਾਸਤੇ ਕੰਟੈਕਟ ਕਰਦਾ ਸਾਰਿਆਂ ਨਾਲ, ਵਧੀਆ ਕੱਪੜੇ ਜਰਸੀਆਂ ਬਣਾ ਕੇ ਦਿੰਦੇ ਆ ਆਪਾਂ ਬਾਈ। ਨੋਰਮਲ ਰੇਟ ਹੁੰਦੇ ਆਪਣੇ, ਤੁਹਾਨੂੰ ਪਤਾ ਹੀ ਸਾਰੇ। ਤੇ ਬਾਕੀ ਹੋਰ ਸਮਾਨ ਹੁੰਦਾ, ਮੰਨ ਲਓ ਵੀ ਜਿਹੜਾ ਹੋਰ ਖੇਡਾਂ ਸਮਾਨ ਵੀ ਰੱਖਦੇ ਪਰ ਉਹ ਘੱਟ ਰੱਖਦੇ ਥੋੜਾ ਜਿਹਾ, ਜੇ ਕੋਈ ਕਹਿੰਦਾ ਆਰਡਰ ਤੇ ਮੰਗਵਾ ਕੇ ਜ਼ਰੂਰ ਦੇ ਦਿੰਦੇ। ਸ਼ੂਜ਼ ਵਗੈਰਾ ਸਪੋਰਟਸ ਵਾਲੇ, ਸ਼ੂਜ਼ ਵਗੈਰਾ ਸਾਰੇ ਹੁੰਦੇ ਆਪਣੇ ਕੋਲੇ। ਠੀਕ ਹੈ। ਤੇ ਬੈਟਾਂ ਦੇ ਜਿਵੇਂ ਪੱਥਰ ਪੁੱਥਰ ਆਪਾਂ ਲਾਉਣੇ ਆ ਸਾਰਾ? ਆਪਾਂ ਬੈਟ ਦੀ ਰਿਪੇਅਰਿੰਗ ਵੀ ਆਪਾਂ ਕਰ ਦਿੰਦੇ ਆ, ਪੱਥਰ ਲਾ ਦਿੰਦੇ, ਹੈਂਡਲ ਵਗੈਰਾ ਸਾਰਾ ਕੁਝ ਪਵਾ ਕੇ ਦੇ ਦਿੰਦੇ ਆ ਆਪਾਂ। ਠੀਕ ਹੈ ਬਾਈ। ਤੇ ਤੁਹਾਡੇ ਕੋਲੇ ਬੈਟ ਕਿਹੜੇ ਕਿਹੜੇ ਬਈ ਕੰਪਨੀ ਦੇ ਹੈਗੇ ਆ ਹੁਣ ਵੀ ਜਿਹੜੇ ਚੱਲਦੇ ਆ? ਤੁਸੀਂ ਦੇਖ ਲਓ ਆਪਣੇ ਕੋਲੇ ਆ ਕੀਵੀ ਦੇ ਬੈਟ ਆ, JP ਦੇ ਹੈਗੇ ਆ, HD ਦੇ ਵੀ ਹੈਗੇ, ਸਾਰੇ ਹੀ ਹੈ ਵੀਰੇ ਬੈਟ ਤਾਂ ਆਪਣੇ ਕੋਲੇ, ਕਿਸਾਨ ਦੇ ਵੀ ਪਏ ਆ ਵਿੱਚ ਹੀ। ਠੀਕ ਹੈ ਬਾਈ। ਐਰਿਸ ਦੇ ਵੀ ਹੈਗੇ ਆ, HD ਦੇ ਪਏ ਆ ਬਾਈ। ਠੀਕ ਹੈ ਬਾਈ। ਸਾਰੇ ਮਾਡਲ ਹੀ ਹੁੰਦੇ ਆ, ਜਿਵੇਂ HD ਦੇ ਫਾਇਰ ਵੀ ਪਏ ਆ, ਫਿਨਿਸ਼ਰ ਵੀ ਪਏ ਹੈਗੇ ਆ। ਠੀਕ ਹੈ ਬਾਈ। ਸਾਰੀ ਕੰਪਨੀ ਦੇ ਬੈਟ ਹੀ ਹੁੰਦੇ, ਕਲੋਜ਼ ਫਾਈਟਰ ਵੀ ਹੈਗੇ ਆ। ਤੇ ਰੇਟ ਦਾ ਆਜੂ ਫਰਕ ਜਿਵੇਂ ਦੂਜਿਆਂ ਨਾਲੋਂ ਵੀ ਕੀ ਫਰਕ ਆ ਰੇਟ ਦਾ ਜਾਂ ਚੀਜ਼ ਦਾ? ਰੇਟ ਦਾ ਬਾਈ ਕਰ ਹੀ ਲੈਂਦੇ ਆ ਬਾਈ, ਆਪਾਂ ਸਾਰੇ ਬੰਦੇ ਆਪਣੇ ਕੋਲ ਲਪਕ ਲਿਆ ਜਾਲੀ ਆਉਂਦੇ ਨੇ। ਠੀਕ ਹੈ ਬਾਈ। ਆਪਾਂ ਸਾਰਿਆਂ ਨੂੰ ਜਾਇਜ਼ ਹੀ ਲਾਈਦੇ ਰੇਟ, ਬਾਕੀ ਮਾਰਕੀਟ ਨਾਲ ਤਾਂ ਸਸਤੀ ਦਿੰਦੇ ਆ ਵੀਰੇ ਸਾਰਿਆਂ ਨੂੰ ਆਪਾਂ। ਠੀਕ ਹੈ ਬਾਈ। ਬਾਕੀ ਬਾਈ ਆ ਦੇਖ ਲਓ ਸੋਰੇ ਹਨਾ, ਸਾਰੇ ਬੈਟ ਪਏ ਆ, ਜਿਵੇਂ HD ਦੇ ਬੈਟ ਦੱਸਿਆ, ਹੈਰਿਸ ਦੇ ਬੈਟ ਕਹਿੰਦੇ, ਕਲੋਜ਼ ਫਾਈਟਰ ਵਾਲੇ ਸਾਰੇ ਬੈਟ ਪਏ ਆ ਭਰਾ ਕੋਲੇ। ਤੇ ਮੈਂ ਵੀ ਇੱਕ ਬੈਟ ਲੈ ਗਿਆ ਸੀਗਾ ਬਾਈ ਕੋਲੋਂ, ਮੈਨੂੰ ਨੇ ਇਹੀ ਗੱਲ ਕਹੀ ਸੀ, ਕਹਿੰਦਾ ਬੈਟ ਵਰਤ ਕੇ ਦੇਖੀ, ਕਹਿੰਦਾ ਫਿਰ ਬਾਅਦ ਚ ਕਹੀ, ਮੈਨੂੰ ਆਖਿਆ ਮੈਨੂੰ ਲੱਗਦਾ ਨਹੀਂ ਵੀ ਕੱਢੂਗਾ ਬੋਲਣਾ ਇਹ। ਬਾਈ ਇਧਰੋਂ ਕਰ ਲਈ, ਕੱਟ ਲਾਂਗੇ ਜੇ ਕੋਈ ਚੱਕਰ ਨਹੀਂ। ਬਾਕੀ ਬਾਈ ਉਹ ਬੈਟ ਨੇ ਕੱਲ ਖੇਡਿਆ, ਉਹ ਬੈਟ ਨਾਲ ਪਹਿਲਾ ਟੂਰਨਾਮੈਂਟ ਖੇਡਿਆ ਸੀ, ਉਹ ਬੈਟ ਨਾਲ ਇੱਕ ਲੀਗ ਖੇਡੇ ਆ ਤੇ ਬਹੁਤ ਵਧੀਆ ਉਹਦੇ ਨਾਲ ਵੀ ਬੋਲਾਂ ਗਈਆਂ, ਐ ਨਹੀਂ ਹੈਗਾ ਵੀ ਕੋਈ ਨੇੜੇ ਡਿੱਗੀ ਬੋਲ, ਬਾਕੀ ਬੈਟਸਮੈਨ ਦੇ ਸਾਰੇ ਹੁੰਦਾ, ਬੈਟ ਬਹੁਤ ਘੈਂਟ ਸੀ ਉਹ, ਬਹੁਤ ਵਧੀਆ ਬੈਟ ਚੱਲਿਆ ਤੇ ਬਾਕੀ ਸਾਰੇ ਬੈਟ ਦੱਸ ਦਿੱਤੇ ਆ। ਭਰਾ ਕੋਲ ਇੱਕ ਵਾਰੀ ਜ਼ਰੂਰ ਆਓ ਵੀਰੇ, ਝੰਡੇ ਮਿਲ ਜਾਂਦੇ ਜਿਵੇਂ ਬੋਰਡਰੀਆਂ ਤੇ ਲਾਉਣ ਵਾਸਤੇ, ਟੂਰਨਾਮੈਂਟ ਦੇ ਝੰਡੇ ਲਵਾਉਣੇ ਕਿਸੇ ਨੇ ਬਾਈ, ਉਹ ਵੀ ਆਪਣੇ ਕੋਲ ਕੰਟੈਕਟ ਕਰ ਸਕਦਾ। ਲੋਰਾਂ ਟੀ ਸ਼ਰਟਾਂ ਹੋ ਗਈਆਂ ਹਨਾ ਤੇ ਸ਼ੂਜ਼ ਵਗੈਰਾ ਹੋ ਗਏ, ਸਾਰਾ ਸਮਾਨ ਮਿਲਦਾ ਬਾਈ ਕੋਲੇ। ਬੈਟ ਤੇ ਧਾਗਾ ਵੀ ਲਾ ਕੇ ਦਿੰਦਾ, ਪੱਥਰ ਲਵਾਉਣਾ ਕਿਸੇ ਨੇ ਉਹ ਵੀ ਕੰਮ ਕਰਦੇ ਆ, ਇਹ ਨਹੀਂ ਹੈ ਵੀ ਕਿਸੇ ਦਾ ਲਾਂਭਾ ਆਜੂਗਾ, ਚੀਜ਼ ਦੀ ਵੀ ਗਾਰੰਟੀ ਆ ਬਾਈ ਤੇ ਬਾਕੀ ਰੇਟ ਦਾ ਹੀ ਫਰਕ ਪਊਗਾ, ਕਿਉਂ ਅਸੀਂ ਸਹੀ ਗੱਲ ਲੈਣਾ ਇਹ। ਬਿਲਕੁਲ, ਤੁਹਾਨੂੰ ਪਤਾ ਹੀ ਸਾਰਿਆਂ ਨੂੰ ਆਪਣੇ ਏਰੀਆ ਦਾ। ਤੇ ਬਾਕੀ ਤਾਂ ਬਾਈ ਬਹੁਤ ਟਾਈਮ ਹੋ ਗਿਆ ਇੱਥੇ ਆਉਣੇ ਆ ਭਰਾ ਕੋਲੇ, ਸਾਨੂੰ ਤਾਂ ਸਾਡੀ ਤਾਂ ਵਧੀਆ ਸੈਟਿੰਗ ਬੈਠੀ ਆ, ਸਾਡੀ ਵਧੀਆ ਗੱਲਬਾਤ ਜਿਵੇਂ ਆਪਾਂ ਕਹਿੰਦੇ ਆ, ਚੀਜ਼ ਦੀ ਲੋੜ ਆਪਾਂ ਨੂੰ ਕਦੇ ਜ਼ਰਾ ਨਹੀਂ ਕਿਹਾ ਹੈਗਾ ਤੇ ਬਾਕੀ ਚੀਜ਼ ਤੁਹਾਨੂੰ ਵਧੀਆ ਮਿਲੂ, ਪੂਰੀ ਚੀਜ਼ ਦਾ ਕਦੇ ਲਾਂਭਾ ਨਹੀਂ ਆਊਗਾ ਬਾਈ। ਬਾਕੀ ਜੇ ਲਾਂਭਾ ਆਉਂਦਾ ਵੀ ਬਾਈ ਆਪਾਂ ਕਰਕੇ ਦਿੰਦੇ ਆ ਹੱਲ ਜਿੰਨਾ ਹੁੰਦਾ ਆਪਣੇ ਤੋਂ। ਹਾਂ, ਜੇ ਕੋਈ ਚੀਜ਼ ਐਂ ਨਿਕਲਦੀ ਆ, ਕੋਈ ਦਿੱਕਤ ਆਉਂਦੀ ਆ ਤਾਂ ਉਹ ਚੀਜ਼ ਦਾ ਵੀ ਹੱਲ ਕਰਕੇ ਦਿੰਦੇ ਆ ਭਰਾ, ਇੱਕ ਵਾਰੀ ਬਾਈ ਜ਼ਰੂਰ ਆਓ ਬਾਈ ਕੋਲੇ। ਹੋਰ ਕੁਝ ਕਹਿਣਾ ਬਾਈ ਆਪਾਂ? ਬਸ ਵੀਰੇ ਬਾਕੀ ਸਪੋਰਟ ਕਰਿਆ ਕਰੋ ਬਾਈ ਜਿੰਨਾ ਹੋ ਸਕਦਾ ਆਪਾਂ ਨੂੰ। ਹਾਂ ਬਾਕੀ ਬਾਈ ਬਾਈ ਨੂੰ ਕਰੋ ਸਪੋਰਟ ਵੱਧ ਤੋਂ ਵੱਧ ਹਨਾ, ਤਾਂ ਜੋ ਜੇ ਆਪਣੇ ਕਹਿਣ ਨਾਲ ਜਾਂ ਆਪਣੇ ਦੇਖਣ ਨਾਲ ਜਾਂ ਦਿਖਾਉਣ ਨਾਲ ਸਾਰਿਆਂ ਨੂੰ ਜਾਂ ਵੀਡੀਓ ਸ਼ੇਅਰ ਕਰਨ ਨਾਲ ਚਾਰ ਭਰਾ ਬਾਈ ਕੋਲੇ ਆਉਂਦੇ ਆ, ਨਾਲ ਤਾਂ ਇਹਨੂੰ ਫਾਇਦਾ, ਨਾਲੇ ਆਪਾਂ ਨੂੰ ਚੀਜ਼ ਚੰਗੀ ਮਿਲਦੀ ਆ। ਤੇ ਬਾਕੀ ਬੈਟਾਂ ਦੀ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਅਸੀਂ ਆਪ ਖੁਦ ਬਾਈ ਖੇਡਦੇ ਹਾਂ ਉਹ ਬੈਟਾਂ ਨਾਲ, ਪਰਖ ਕੇ ਦੇਖੇ ਨੇ, ਵਰਤੇ ਆ ਬੈਟ ਤਾਂ ਪੂਰੇ ਘੰਟ ਬੈਟ ਨਿਕਲਿਆ, ਪੂਰੇ ਵਧੀਆ ਉਹਨਾਂ ਦਾ ਰਿਜ਼ਲਟ ਮਿਲਿਆ ਹੈਗਾ। ਅੱਜ ਵੀ ਇੱਕ ਭਰਾ ਨੂੰ ਆਪਣੇ ਨੂੰ ਦਬਾ ਕੇ ਲੈ ਕੇ ਆਇਆ ਬੈਟ ਤੇ ਵਧੀਆ ਰਿਜ਼ਲਟ ਹੀ ਆਊਗਾ ਅੱਗੇ ਵੀ ਇਹਨਾਂ ਦਾ। ਠੀਕ ਹੈ ਬਾਈ, ਹੋਰ ਗੱਲਬਾਤ ਕੋਈ, ਹੋਰ ਕੋਈ ਚੀਜ਼ ਕਹਿਣੀ ਹੋਵੇ ਆਪਾਂ? ਬਸ ਬਾਈ।